ਅਸਲਾਮੁਅਲੈਕਮ ਜੀ, ਮੈਂ ਤੁਹਾਡਾ ਅਵੈਸ ਘੁੰਮਣ ਸਿਆਲਕੋਟੀ। ਅੱਜ 15 ਮਾਰਚ ਸਨ 2023 ਅਤੇ ਅਲਹਮਦੁਲਿਲਾ ਮੈਂ ਇਸ ਟਾਈਮ ਆਜ਼ਾਦ ਕਸ਼ਮੀਰ ਕੋਟਲੀ ਹਾਂ। ਕੋਟਲੀ ਤੋਂ ਅਸੀਂ ਜਾ ਰਹੇ ਹਾਂ ਨਕਿਆਲ। ਬੜਾ ਯਾਦਗਾਰ, ਬੜਾ ਸ਼ਾਨਦਾਰ ਸਫ਼ਰ ਹੈ ਔਰ ਮਿਹਰਬਾਨੀ ਹਾਫਜ਼ ਅੰਸਰ ਸਾਹਿਬ ਦੀ, ਜਿਹੜੇ ਸਾਨੂੰ ਪੂਰਾ ਟਾਈਮ ਦੇ ਰਹੇ ਨੇ ਔਰ ਵਿਜ਼ਿਟ ਕਰਵਾ ਰਹੇ ਨੇ। ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਵੇਖੋ ਕਿੰਨਾ ਖੂਬਸੂਰਤ ਮੰਜ਼ਰ ਹੈ ਅੱਲਾਹ ਪਾਕ ਦੀ ਜ਼ਾਤ ਨੇ ਜਿਹੜੀ ਇਹ ਦੁਨੀਆ ਬਣਾਈ ਹੈ। ਕਸ਼ਮੀਰ ਇਹਨੂੰ ਜੰਨਤ ਨਜ਼ੀਰ ਆਖਿਆ ਜਾਂਦਾ ਅਤੇ ਵਾਕਈ ਇਸ ਤਰ੍ਹਾਂ ਦਾ ਇਹ ਇਲਾਕਾ ਹੈ, ਇਸ ਤਰ੍ਹਾਂ ਦਾ ਖਿੱਤਾ ਹੈ ਕਿ ਮੈਂ ਪਾਕਿਸਤਾਨ ਦੇ ਬੜੇ ਇਲਾਕਿਆਂ ਦੀ ਸੈਰ ਕੀਤੀ ਹੈ, ਬੜਾ ਪਾਕਿਸਤਾਨ ਵੀ ਫਿਰਿਆ ਔਰ ਬਾਹਰ ਕਈਆਂ ਮੁਲਕਾਂ ਦੀ ਸੈਰ ਕੀਤੀ ਹੈ। ਲੇਕਿਨ ਜੋ ਇਹ ਏਰੀਆ ਖੁਦਾ ਦੀ ਕਸਮ ਹੈ, ਉਹ ਮੈਂ ਲਫਜ਼ਾਂ 'ਚ ਕਿਵੇਂ ਤੁਹਾਨੂੰ ਦੱਸਾਂ, ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਕੀ ਮਨਾਜ਼ਰ ਨੇ ਔਰ ਕੁਦਰਤੀ ਖੂਬਸੂਰਤੀ ਹੈ। ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੀਆਂ ਜਿੰਨੀਆਂ ਮਰਜ਼ੀ ਮਸਰੂਫੀਆਤ ਨੇ, ਜਿੰਨੇ ਵੀ ਤੁਸੀਂ ਬਿਜ਼ੀ ਹੋ, ਜੋ ਕੁਝ ਵੀ ਹੈ ਨਾ, ਆਪਣੇ ਸਾਰੇ ਟਾਈਮ ਦੇ ਵਿੱਚੋਂ ਤੁਸੀਂ ਕੁਝ ਵਕਤ ਗੁਜ਼ਾਰੋ ਆਪਣੇ ਵਾਸਤੇ, ਯਾਨੀ ਕਿ ਆਪਣੇ ਵਾਸਤੇ ਟਾਈਮ ਕੱਢੋ ਔਰ ਅੱਲਾਹ ਪਾਕ ਦੀ ਬਣਾਈ ਦੁਨੀਆ ਵੇਖੋ ਔਰ ਇੰਜੋਏ ਕਰੋ। ਔਰ ਆਓ ਇੱਕ ਵਾਰੀ ਕਸ਼ਮੀਰ ਵਾਲੀ ਸਾਈਡ ਦੇ ਉੱਤੇ ਵੇਖੋ, ਤੁਹਾਨੂੰ ਪਤਾ ਲੱਗੇਗਾ ਕਿ ਅੱਲਾਹ ਪਾਕ ਨੇ ਕਿੱਡੀ ਸੋਹਣੀ ਦੁਨੀਆ ਬਣਾਈ ਹੈ। ਜ਼ਿਹਨੀ ਤੌਰ ਦੇ ਉੱਤੇ ਫਰੈਸ਼ ਹੋਣ ਵਾਸਤੇ ਆਊਟਿੰਗ 'ਤੇ ਨਿਕਲਣਾ, ਟਾਈਮ ਕੱਢ ਕੇ ਕਿਸੇ ਸਾਈਡ 'ਤੇ ਜਾਣਾ, ਇਹ ਬੜਾ ਜ਼ਰੂਰੀ ਹੈ। ਕਿਉਂਕਿ ਇੱਕ ਜਗ੍ਹਾ ਰਹਿ ਰਹਿ ਕੇ, ਇੱਕ ਜਗ੍ਹਾ 'ਤੇ ਇੱਕੋ ਹੀ ਖਾਣਾ ਖਾਏ ਬੰਦਾ, ਜਾਂ ਇੱਕੋ ਜਗ੍ਹਾ 'ਤੇ ਸੋਵੇਂ ਬੰਦਾ, ਜਾਂ ਇੱਕੋ ਜਗ੍ਹਾ 'ਤੇ ਰਵੇ ਬੰਦਾ, ਅਤੇ ਬੰਦਾ ਜਿਸਮਾਨੀ ਤੌਰ 'ਤੇ ਔਰ ਜ਼ਿਹਨੀ ਰੂਹਾਨੀ ਤੌਰ ਦੇ ਉੱਤੇ ਕੋਈ ਚੇਂਜਿੰਗ ਫੀਲ ਨਹੀਂ ਕਰਦਾ। ਅਗਰ ਚਾਹੁੰਦੇ ਹੋ ਕਿ ਤੁਸੀਂ ਫਰੈਸ਼ ਹੋਵੋ, ਬੋਰੀਅਤ ਨਾ ਹੋਵੇ ਵਗੈਰਾ ਵਗੈਰਾ, ਤਾਂ ਫਿਰ ਆਊਟਿੰਗ 'ਤੇ ਲਾਜ਼ਮੀ ਨਿਕਲੋ। ਜਦੋਂ ਤੁਸੀਂ ਦੂਸਰੇ ਇਲਾਕਿਆਂ ਦੇ ਵਿੱਚ ਨਿਕਲੋਗੇ, ਦੂਸਰੀਆਂ ਕੌਮਾਂ ਵੇਖੋਗੇ, ਦੂਸਰੇ ਖਿੱਤੇ ਵੇਖੋਗੇ, ਯਕੀਨਨ ਤੁਸੀਂ ਇਹ ਕਹਿਣ 'ਤੇ ਮਜਬੂਰ ਹੋ ਜਾਓਗੇ, ਫਾਬੇ ਯਾ ਲਾਏ ਰੱਬੀ ਕਮਾ ਤੂੰ ਕਜ਼ੇ ਬਾਨ। ਜੇ ਪਾਕਿਸਤਾਨ ਦੀ ਜੰਨਤ ਵੇਖਣੀ ਹੈ, ਮੈਂ ਨਾ ਬਲਕਿ ਦੁਨੀਆ ਦੀ ਜੰਨਤ ਵੇਖਣੀ ਹੈ, ਤਾਂ ਫਿਰ ਕਸ਼ਮੀਰ ਆਉਣਾ ਚਾਹੀਦਾ। ਕਿਆ ਬਾਤ, ਕਿਆ ਬਾਤ, ਵਾਹ 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 ਵਾਹ। ਉਂਝ ਇਹ ਦੇਖੋ ਕਿ ਐਡੇ ਐਡੇ ਉੱਚੇ ਪਹਾੜ ਨੇ, ਇਹ ਜਿਹੜਾ ਪਹਾੜ ਤੁਹਾਨੂੰ ਨਜ਼ਰ ਪਿਆਉਂਦਾ ਬਹੁਤ ਉੱਚਾ ਪਹਾੜ ਹੈ, ਲੇਕਿਨ ਜਿੱਥੇ ਅਸੀਂ ਖਲੋਤੇ ਹਾਂ ਉੱਥੇ ਇਹ ਪਹਾੜ ਇੰਝ ਲੱਗਦਾ ਪਿਆ ਕਿ ਜਿਵੇਂ ਛੋਟੀ ਜਿਹੀ ਮਿੱਟੀ ਦੀ ਪਹਾੜੀ ਹੈ। ਯਾਨੀ ਕਿ ਬਹੁਤ ਉੱਚਾਈ 'ਤੇ ਹਾਂ ਅਸੀਂ ਇਸ ਟਾਈਮ ਨਾ, ਬਲਕਿ ਮੈਂ ਕਹਿੰਦਾ ਕਿ ਇਸ ਏਰੀਏ ਦੇ ਵਿੱਚ ਕੋਟਲੀ ਤੋਂ ਆਜ਼ਾਦ ਆਪਣਾ ਨਕਿਆਲ ਜਾਂਦੇ ਹਾਂ, ਏਡਾ ਉੱਚਾ ਹੋੜ ਪਹਾੜ ਕੋਈ ਨਹੀਂ। ਇੱਥੇ ਜਿੱਥੇ ਅਸੀਂ ਖਲੋਤੇ ਹਾਂ ਇਸ ਟਾਈਮ, ਇੱਥੋਂ ਮੋੜਾ ਸ਼ਰੀਫ, ਆਪ ਸਭ ਕਿੰਨਾ ਵਾਲਾ ਮੋੜਾ ਸ਼ਰੀਫ ਦਾ ਸਫ਼ਰ? ਤਕਰੀਬਨ ਅੱਧਾ ਘੰਟਾ ਲੱਗਦਾ। ਠੀਕ ਹੈ ਠੀਕ ਹੈ, ਯਾਨੀ ਨਕਿਆਲ ਦੇ ਕਰੀਬ ਹੀ ਹੈ।